इतिहास 323 धारा दे विच किसे नूं दो तीन दिन तो ज्यादा जेल नहीं कटनी पई होगी, पर यह बदकिस्मती है मशहूर होना अज की तरीक च गुनाह हो गया। जिहड़ा सिद्धू साहब नूं एक साल कटना पिया पर उन्होंने बड़ी शान नाल जेल कटी है। कांग्रेस तकड़ी सी, एक बाव रोला सी जिहदा नतीजा आया, लोगों ने एक साल हंडा लिया, आने वाले टाइम च कांग्रेस तकड़ी होके फिर निकलेगी थोड़े सारे दे सामने। आया बड़ा खुशी का मौका है, दिन भी बड़े अच्छे चलते पे, नवरात्रियां दे दिन आ, अज मां माई की कृपा हुई है, मैं इतनी देर बाद वापस आया, सारे परिवार दे विच आया, सारी फैमिली दे विच आया, मेरी जिहड़ी कांग्रेस फैमिली है जां मेरे लुधियाने दे जिहड़े लोग ने, मेरे शुभ चिंतक ने, जाण वाले ने, सारियां दीआं दुआवां सदका अज मैं घर आ। मैं सारियां दा धन्नवाद करदा जिन्हां ने मैनूं घर आउण लई परमात्मा मुरे दुआवां कीतीआं। सर हजूम है जी, पूरा इकट्ठा हो, यह प्यार है जी इन्हां लोगां दा, मैं इन्हां दे प्यार अगे अपना सिर झुकाउणा। आसू जी ਤੁਹਾਡੇ ਪਿੱਛੇ ਕਈ ਤੁਹਾਡੇ ਮਿੱਤਰ ਜਿਹੜੇ ਕੰਮ ਕਰਦੇ ਛੱਡ ਵੀ ਗਏ ਸਨ ਤੇ ਆਉਣ ਵਾਲੇ ਨਿਗਮ ਚੁਣਾਵ ਦੇ ਵਿੱਚ ਸਾਡੀ ਲੁਧਿਆਣੇ ਚ ਕਦੀ ਕਿਸੇ ਇੱਕ ਤੇ ਜ਼ਿੰਮੇਵਾਰੀ ਨਹੀਂ ਰਹੀ। ਟੀਮ ਰਹੀ ਹੈ ਸਾਡੇ ਸੀਨੀਅਰ ਡਾਬਰ ਸਾਹਿਬ ਬੈਠੇ ਹੈ, ਪ੍ਰਧਾਨ ਸਾਹਿਬ ਬੈਠੇ ਹੈ, ਵੈਦ ਸਾਹਿਬ ਬੈਠੇ ਹੈ, ਮੇਅਰ ਸਾਹਿਬ ਬੈਠੇ ਹੈ, ਅੱਜ ਤੱਕ ਧਰਮ ਹੈ, ਅੱਜ ਮੇਅਰ ਹੈਗੇ, ਕੱਲ ਨੂੰ ਸਾਬ ਮੇਅਰ ਵੀ ਹੋ, ਸਾਰੀ ਟੀਮ ਹੈ, ਸਾਰੇ ਕੌਂਸਲਰ ਸਾਹਿਬਾਨ ਖੜੇ ਹੈ, ਸਾਡੇ ਅਹੁਦੇਦਾਰ ਖੜੇ ਹੈ, ਸਾਰਿਆਂ ਤੇ ਜ਼ਿੰਮੇਵਾਰੀ ਹੈ। ਜਿਹੜਾ ਕੋਈ ਕਮਜ਼ੋਰ ਸੀ ਛੱਡ ਗਿਆ, ਸਾਡਾ ਦੋਸਤ ਰਿਹਾ, ਪਰਿਵਾਰਕ ਮੈਂਬਰ ਰਿਹਾ, ਅਸੀਂ ਕਿਸੇ ਬਾਰੇ ਕੁਛ ਅੱਜ ਦੀ ਤਰੀਕ ਚ ਮਾੜਾ ਚੰਗਾ ਨਹੀਂ ਬੋਲਣਾ। ਪਾਰਟੀ ਨੂੰ ਤਕੜਿਆਂ ਕਰਾਂਗੇ, ਰਲ ਮਿਲ ਕੇ ਕੰਮ ਕਰਾਂਗੇ, ਲੋਕਾਂ ਤਾਈਂ ਜਾਵਾਂਗੇ, ਜੋ ਸਾਡੀਆਂ ਕਮਜ਼ੋਰੀਆਂ ਸੀ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਜ਼ਿਆਦਾ ਜ਼ਰੂਰੀ ਗੱਲ, ਜਿਹੜੇ ਅੱਜ ਵੀ ਨਾਲ ਚਟਾਨ ਵਾਂਗੂ ਖੜੇ ਹੈ, ਉਹਨਾਂ ਅੱਗੇ ਮੇਰਾ ਮਾਣ ਨਾਲ ਸਿਦਕ ਨਾਲ ਸਿਰ ਚੁੱਕਦਾ ਹੈ। ਇਸ ਬਾਰੇ ਆਪਾਂ ਗੱਲਾਂ ਕਰਾਂਗੇ, ਜ਼ਮਾਨਤਾਂ ਸਭ ਦੀਆਂ ਹੋਣੀਆਂ, ਕੇਸਾਂ ਚ ਕੀ ਹੈ, ਤੁਸੀਂ ਲੋਕਾਂ ਨੇ ਪ੍ਰੈਸ ਕਾਨਫਰੰਸਾਂ ਪਹਿਲਾਂ ਅਫਸਰਾਂ ਦੀਆਂ ਵੀ ਕਵਰ ਕਰੀਆਂ, ਮੇਰੇ ਬੋਲਣ ਤੋਂ ਪਹਿਲਾਂ ਉਹ ਜੋ ਕਵਰ ਕਰਿਆ ਉਹੀ ਪੁੱਛ ਲਿਓ ਜੀ, ਗੱਲ ਦਾ ਜਵਾਬ ਆਪੇ ਹੀ ਮਿਲ ਜਾਏਗਾ। ਕਾਂਗਰਸ ਤਕੜੀ ਸੀ, ਇੱਕ ਬਾਵ ਰੋਲਾ ਸੀ ਜਿਹਦਾ ਨਤੀਜਾ ਆਇਆ, ਲੋਕਾਂ ਨੇ ਇੱਕ ਸਾਲ ਹੰਡਾ ਲਿਆ, ਆਉਣ ਵਾਲੇ ਟਾਈਮ ਚ ਕਾਂਗਰਸ ਤਕੜੀ ਹੋ ਕੇ ਫਿਰ ਨਿਕਲੇਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਆਏ। ਮੈਂ ਅੱਜ ਦੀ ਤਰੀਕ ਸਮਝਦਾ ਕੋਈ ਕੰਟਰੋਵਰਸ਼ੀਅਲ ਗੱਲ ਨਾ ਹੋਵੇ ਤਾਂ ਜ਼ਿਆਦਾ ਚੰਗਾ, ਆਉਣ ਵਾਲੇ ਟਾਈਮ ਚ ਤੁਹਾਡੇ ਸਾਰਿਆਂ ਨਾਲ ਰਲ ਮਿਲ ਕੇ ਬੈਠਾਂਗੇ, ਜਿਹੜੇ ਪੱਖਦੇ ਮੁੱਦੇ ਆ, ਜਿਹੜੇ ਇਸ਼ੂਜ਼ ਹੈ ਸਾਰੇ ਟੇਕਅਪ ਕਰਾਂਗੇ, ਉਹਨਾਂ ਤੇ ਕੀ ਸਟੈਂਡ ਆ ਪਾਰਟੀ ਦਾ ਤੁਹਾਡੇ ਸਾਹਮਣੇ ਰੱਖਣਗੇ। ਅੱਜ ਦੀ ਘੜੀ ਚ ਜੋ ਰਾਹੁਲ ਗਾਂਧੀ ਜੀ ਨਾਲ ਹੋ ਰਿਹਾ ਉਹਦੇ ਬਾਰੇ ਵੀ ਕਾਂਗਰਸ ਪਾਰਟੀ ਜ਼ਮੀਨੀ ਪੱਧਰ ਤੇ ਲੜਾਈ ਲੜੇਗੀ। ਬਹੁਤ ਚੀਜ਼ਾਂ ਆ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ, ਬਹੁਤ ਚੀਜ਼ਾਂ ਆ ਜਿਹੜੀਆਂ ਹਲੇ ਲੋਕਾਂ ਤਾਈਂ ਸੱਚਾਈ ਪਹੁੰਚੀ ਨਹੀਂ, ਅਸੀਂ ਪਹੁੰਚਾਵਾਂਗੇ। ਤੁਹਾਨੂੰ ਸਾਰਿਆਂ ਨਾਲ ਬੈਠਾਂਗੇ, ਗੱਲਾਂ ਬਾਤਾਂ ਸਾਂਝੀਆਂ ਕਰਾਂਗੇ, ਸਾਡੇ ਲੀਡਰ ਸਾਹਿਬਾਨ ਟਾਈਮ ਟੂ ਟਾਈਮ ਤੁਹਾਡੇ ਸਾਹਮਣੇ ਹੋਣਗੇ, ਰੂਬਰੂ ਹੁੰਦੇ ਰਹਿਣਗੇ, ਔਰ ਤੁਹਾਡੇ ਨਾਲ ਪਾਰਟੀ ਦੀ ਜੋ ਲਾਈਨ ਹੈ, ਜੋ ਆਈਡੀਆਲੋਜੀ ਹੈ, ਜੋ ਅੱਗੋਂ ਸਾਨੂੰ ਰੂਪਰੇਖਾ ਮਿਲਦੀ ਹੈ ਸਾਡੀ ਹਾਈਕਮਾਂਡ ਵੱਲੋਂ, ਉਹ ਸਾਹਮਣੇ ਰੱਖਾਂਗੇ। ਸਿੱਧੂ ਸਾਹਿਬ ਬਹੁਤ ਸ਼ਾਨ ਨਾਲ ਉਹਨਾਂ ਨੇ ਜੇਲ੍ਹ ਕੱਟੀ ਹੈ, ਮੇਰਾ ਖਿਆਲ ਹਿੰਦੁਸਤਾਨ ਦੀ ਆਜ਼ਾਦੀ ਦੇ 75 ਸਾਲ ਦੇ ਇਤਿਹਾਸ ਚ 323 ਧਾਰਾ ਦੇ ਵਿਚ ਕਿਸੇ ਨੂੰ ਦੋ ਤਿੰਨ ਦਿਨ ਤੋਂ ਜ਼ਿਆਦਾ ਜੇਲ੍ਹ ਨਹੀਂ ਕੱਟਣੀ ਪਈ ਹੋਏਗੀ, ਪਰ ਇਹ ਬਦਕਿਸਮਤੀ ਹੈ ਮਸ਼ਹੂਰ ਹੋਣਾ ਅੱਜ ਦੀ ਤਰੀਕ ਚ ਗੁਨਾਹ ਹੋ ਗਿਆ। ਜਿਹੜਾ ਸਿੱਧੂ ਸਾਹਿਬ ਨੂੰ ਇੱਕ ਸਾਲ ਕੱਟਣਾ ਪਿਆ ਪਰ ਉਹਨਾਂ ਨੇ ਬੜੀ ਸ਼ਾਨ ਨਾਲ ਜੇਲ੍ਹ ਕੱਟੀ ਹੈ, ਰੱਬ ਦੀ ਬੰਦਗੀ ਕਰਦੇ ਕੱਟੀ ਹੈ, ਤੇ ਕੁਛ ਨਾ ਕੁਛ ਆਪਣੀ ਸਿਹਤਯਾਬੀ ਤੇ ਰੂਹਾਨੀਅਤ ਅੰਦਰੋਂ ਲੈ ਕੇ ਹੀ ਆਣਗੇ ਤੇ ਆ ਕੇ ਇੱਕ ਪਾਰਟੀ ਦਾ ਕੰਮ ਮਜ਼ਬੂਤੀ ਨਾਲ ਕਰਾਂਗੇ। 26 ਜਨਵਰੀ ਨੂੰ ਜਿਸ ਤਰ੍ਹਾਂ ਉਹਨਾਂ ਦੀ ਯਾਦ ਆ ਸੀ, ਉਸ ਤੋਂ ਬਾਅਦ ਸਰਕਾਰ ਨੇ ਸਰਕਾਰਾਂ ਦਾ ਸੌੜਾ ਦਿਲ ਇਹਦੇ ਚ ਨਜ਼ਰ ਆਉਂਦਾ।